ਸਾਰਿਆਂ ਨੂੰ ਹੈਲੋ ਤੇ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਆ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਜੇ ਤੁਸੀਂ ਇੱਕ ਜੌਬ ਹੀ ਅਪਲਾਈ ਕਰਨਾ ਇਟਲੀ ਦੇ ਵਿੱਚ, ਤੁਸੀਂ ਕਿੱਦਾਂ ਕਰ ਸਕਦੇ ਹੋ ਸੂਬੀਤੋ ਦੇ ਰਾਹੀਂ ਆਨਲਾਈਨ। ਤੇ ਇਸ ਦੇ ਲਈ ਜਿਹੜਾ ਇੱਕ ਕੁਰੀਕੁਲਮ ਚਾਹੀਦਾ ਹੁੰਦਾ ਸੀਵੀ, ਉਹ ਅਸੀਂ ਕਿੱਦਾਂ ਬਣਾਵਾਂਗੇ। ਜਿਹੜਾ ਸੀਵੀ ਹੁੰਦਾ ਉਹ ਇੱਕ ਐਸਾ ਡਾਕੂਮੈਂਟ ਹੁੰਦਾ ਹੈ ਜਿਹਦੇ ਵਿੱਚ ਕਿ ਤੁਹਾਡੇ ਬਾਰੇ ਕਾਫੀ ਇਨਫੋਰਮੇਸ਼ਨਾਂ ਹੁੰਦੀਆਂ ਆ। ਬਾਇਓਡਾਟਾ ਦੇ ਇਲਾਵਾ ਐਡੂਕੇਸ਼ਨ ਕਿੰਨੀ ਆ, ਤੁਸੀਂ ਪਹਿਲੂ ਕਿੱਥੇ ਕੰਮ ਕਰ ਚੁੱਕੇ ਆ, ਤੇ ਜੇ ਤੁਹਾਡੇ ਕੋਲ ਕੋਈ ਹੋਰ ਸਰਟੀਫਿਕੇਟ ਹੈ ਲੈਂਗੁਏਜ ਦਾ ਆ, ਜਾਂ ਫਿਰ ਤੁਸੀਂ ਲਾਇਸੈਂਸ ਕੀਤਾ ਆ, ਤੇ ਤੁਸੀਂ ਇੱਥੇ ਲਿਖ ਸਕਦੇ ਆ ਇਹ ਸਾਰੀਆਂ ਚੀਜ਼ਾਂ। ਤੇ ਇਹ ਇਸ ਲਈ ਹੁੰਦਾ ਹੈ ਕਿ ਜਿਹੜਾ ਵੀ ਤੁਹਾਨੂੰ ਕੰਮ ਦਊਗਾ ਤੇ ਉਹ ਦੇਖ ਸਕਦਾ ਕਿ ਤੁਸੀਂ ਕੀ ਕੀ ਕੀਤਾ ਆ, ਤੇ ਉਸ ਦੇ ਮੁਤਾਬਕ ਤੁਹਾਨੂੰ ਉਹ ਕੰਟੈਕਟ ਕਰ ਸਕਦਾ ਆ। ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਤੁਸੀਂ ਜਿਹੜਾ ਆ ਕੁਰੀਕੁਲਮ ਆ ਇਹ ਕਿੱਦਾਂ ਬਣਾਓਗੇ। ਸਭ ਤੋਂ ਪਹਿਲਾਂ ਅਸੀਂ ਆਹ ਵਾਲੀ ਸਾਈਟ ਤੇ ਜਾਣਾ ਆ। ਇਹ ਜਿਹੜੀ ਸਾਈਟ ਹੈ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਤੇ ਕਮੈਂਟ ਵਿੱਚ ਵੀ ਮਿਲ ਜੂਗੀ। ਉਸ ਤੋਂ ਬਾਅਦ ਆਪਾਂ ਇੱਥੇ ਕੰਟੀਨਿਊ ਕਰਾਂਗੇ ਤੇ ਨੀਚੇ ਜਾਵਾਂਗੇ। ਇੱਥੇ ਲਿਖਿਆ ਹੈ ਕਰਿਆ ਉਨੋਵੋ ਚੀਵੀ, ਅਸੀਂ ਇੱਥੇ ਜਾਵਾਂਗੇ। ਇੱਥੇ ਤੁਸੀਂ ਦੇਖ ਸਕਦੇ ਆ, ਇੱਥੇ ਆਪਸ਼ਨ ਆ ਕਿ ਤੁਸੀਂ ਲੈਂਗੁਏਜ ਸਿਲੈਕਟ ਕਰ ਸਕਦੇ ਆ। ਆਪਾਂ ਇਟਾਲੀਅਨ ਕਰਾਂਗੇ। ਤੇ ਇੱਥੇ ਤੁਸੀਂ ਸਿਲੈਕਟ ਕਰ ਸਕਦੇ ਕਿ ਤੁਹਾਨੂੰ ਡੇਟਾਂ ਕਿੱਦਾਂ ਚਾਹੀਦੀਆਂ ਲਿਖੀਆਂ, ਯਾਨੀ ਕਿ ਅਪ੍ਰੈਲ ਲਿਖਿਆ ਹੋਵੇ ਜਿੱਦਾਂ ਫੋਰ ਐਗਜ਼ਾਮਪਲ, ਤੇ ਪਿੱਛੇ ਸਿਰਫ 19, ਜਿੱਦਾਂ ਤੁਹਾਡਾ ਦਿਲ ਕਰਦਾ ਤੁਸੀਂ ਉਸ ਦੇ ਮੁਤਾਬਕ ਚੂਜ਼ ਕਰ ਸਕਦੇ ਆ। ਮੈਂ ਇੱਦਾਂ ਰਹਿਣ ਦੂੰਗੀ। ਇੱਥੇ ਤੁਸੀਂ ਆਪਣਾ ਨਾਮ ਤੇ ਡੇਟ ਆਫ ਬਰਥ ਵੀ ਲਿਖ ਸਕਦੇ ਆ। ਮੋਡੀਫਿਕਾ ਤੇ ਕਲਿੱਕ ਕਰੂੰਗੇ ਤੇ ਇੱਥੇ ਆਪਣੇ ਜਿਹੜੇ ਇਨਫੋਰਮੇਸ਼ਨ ਪਰਸਨਲੀ ਯਾਨੀ ਕਿ ਪਰਸਨਲ ਡਿਟੇਲਸ ਇੱਥੇ ਲਿਖ ਸਕਦੇ ਆ। ਆਪਣਾ ਨਾਮ ਲਿਖ ਸਕਦੇ ਆ, ਤੁਸੀਂ ਆਪਣਾ ਸਰਨੇਮ ਲਿਖ ਸਕਦੇ ਆ, ਤੇ ਇੱਥੇ ਆਪਣਾ ਪ੍ਰੈਜੈਂਟੇਸ਼ਨ ਦੇ ਸਕਦੇ ਆ, ਯਾਨੀ ਕਿ ਤੁਸੀਂ ਕੌਣ ਆ, ਕੀ ਕਰਦੇ ਆ, ਤੁਹਾਡਾ ਕੀ ਇੰਟਰਸਟ ਹੈ, ਤੁਸੀਂ ਕਿੱਦਾਂ ਦਾ ਕੰਮ ਚਾਹੁੰਦੇ ਆ, ਇਹ ਵੀ ਲਿਖ ਸਕਦੇ ਆ। ਯਾਨੀ ਕਿ ਤੁਸੀਂ ਤੁਹਾਡੀ ਵਿਸ਼ ਕੀ ਆ ਕਿ ਤੁਸੀਂ ਕਿੱਦਾਂ ਦਾ ਕੰਮ ਕਰਨਾ ਚਾਹੁੰਦੇ ਆ ਤੇ ਕਿੱਦਾਂ ਦਾ ਕਰ ਸਕਦੇ ਆ। ਇੱਥੇ ਆਪਣੇ ਡੇਟ ਆਫ ਬਰਥ ਲਿਖੂੰਗੇ, ਇੱਥੇ ਲਿਖੂੰਗੇ ਤੁਸੀਂ ਮੇਲ ਫੀਮੇਲ ਆ। ਇੱਥੇ ਆਪਣੀ ਨੈਸ਼ਨੈਲਿਟੀ ਲਿਖ ਸਕਦੇ ਤੁਸੀਂ, ਯਾਨੀ ਕਿ ਤੁਹਾਡਾ ਚਿੱਤਰ ਦੀ ਨਾਂਸਾ ਕਿੱਥੇ ਦਾ ਆ, ਸਿਲੈਕਟ ਕਰਕੇ ਇੱਥੇ ਬਸ। ਅਤੇ ਉਸ ਤੋਂ ਬਾਅਦ ਆਪਣਾ ਕੰਟੈਕਟ ਜਿਹੜੇ ਉਹ ਜ਼ਰੂਰ ਦਿਓ, ਈਮੇਲ ਐਡਰੈਸ, ਫੋਨ ਨੰਬਰ, ਇਹ ਸਾਰੀਆਂ ਚੀਜ਼ਾਂ ਜ਼ਰੂਰ ਦਿਓ। ਜੇ ਤੁਹਾਡੇ ਕੋਲ ਕੋਈ ਸੋਸ਼ਲ ਮੀਡੀਆ ਆ ਜਿਹੜਾ ਤੁਸੀਂ ਸ਼ੋਅ ਕਰਨਾ ਚਾਹੁੰਦੇ ਤੁਸੀਂ ਦੇ ਸਕਦੇ, ਨਹੀਂ ਤਾਂ ਨਹੀਂ। ਜੇ ਤੁਹਾਡੇ ਕੋਲ ਕੋਈ ਵੈਬਸਾਈਟ ਆ ਤੁਹਾਡੇ ਬਾਰੇ ਤੁਸੀਂ ਦੇ ਸਕਦੇ ਆ। ਇੱਥੇ ਆਪਣਾ ਐਡਰੈਸ ਤੁਸੀਂ ਭਰ ਸਕਦੇ ਆ, ਯਾਨੀ ਕਿ ਤੁਸੀਂ ਕਿੱਥੇ ਰਹਿੰਦੇ ਆ, ਕਿਹੜੇ ਵੀਏ ਵਿੱਚ ਰਹਿੰਦੇ ਆ, ਅਤੇ ਸ਼ਹਿਰ ਦੇ ਡਿਟੇਲਸ। ਉਸ ਤੋਂ ਬਾਅਦ ਇੱਥੇ ਕਰੂੰਗੇ ਸਾਲਵਾ। ਉਸ ਤੋਂ ਬਾਅਦ ਇੱਥੇ ਤੁਸੀਂ ਇੱਕ ਫੋਟੋ ਯੂਜ਼ ਕਰ ਸਕਦੇ ਹੋ, ਕਿ ਆਪਣੀ ਫੋਟੋ ਲਾ ਸਕਦੇ ਹਾਂ। ਫਿਰ ਆਪਾਂ ਕਰਾਂਗੇ ਅਜੁੰਜੀ ਨੋਵਾ ਸਿਤਸਿਓਨੇ, ਅਤੇ ਇੱਥੇ ਅਸੀਂ ਚੂਜ਼ ਕਰਨਾ ਹੈ ਕਿ ਅਗਲਾ ਜਿਹੜਾ ਸੈਕਸ਼ਨ ਹੈ ਅਸੀਂ ਕੀ ਲਿਖਣਾ ਆ। ਇੱਥੇ ਕਿੰਨੀਆਂ ਚੀਜ਼ਾਂ ਜਿਹੜੀ ਤੁਸੀਂ ਲਿਖ ਸਕਦੇ ਆ, ਐਕਸਪੀਰੀਅੰਸ ਹੈ ਲਾਬੋਰਾਤੀਵਾ, ਯਾਨੀ ਕਿ ਕੰਮ ਤੁਸੀਂ ਕਿਹੜਾ ਕੀਤਾ ਹੈ, ਕੀ ਐਕਸਪੀਰੀਅੰਸ ਹੈ ਤੁਹਾਨੂੰ ਕੰਮ ਦਾ। ਇੰਸਟਰੂਸੀਓਨੇ ਫੋਰਮਾਸੀਓਨੇ ਦਾ ਮਤਲਬ ਹੁੰਦਾ ਹੈ ਤੁਸੀਂ ਐਡੂਕੇਸ਼ਨ ਕਿੰਨੀ ਲਈ ਹੈ, ਕਿੱਥੇ ਤੱਕ ਪੜ੍ਹੇ ਆ। ਉਸ ਤੋਂ ਬਾਅਦ ਕੰਪੀਟੈਂਸੀ ਲਿੰਗੁਇਸਟਿਕੇ, ਯਾਨੀ ਕਿ ਤੁਹਾਨੂੰ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਆਉਂਦੀਆਂ ਆ, ਅਤੇ ਉਸ ਭਾਸ਼ਾ ਦੇ ਵਿੱਚ ਤੁਸੀਂ ਕਿੱਦਾਂ ਆ, ਯਾਨੀ ਕਿ ਜੇ ਤੁਹਾਡੀ ਇਟਾਲੀਅਨ ਠੀਕ ਆ, ਹਾਈ ਆ, ਠੀਕ ਠਾਕ ਆ, ਤੁਸੀਂ ਸਮਝ ਲੈਂਦੇ ਆ, ਜਾਂ ਬੇਸਿਕ ਆ, ਤੁਸੀਂ ਇਹ ਚੀਜ਼ਾਂ ਇੱਥੇ ਲਿਖ ਸਕਦੇ ਆ। ਕੰਪੀਟੈਂਸੀ ਡਿਜੀਟਾਲੀ, ਕੰਪਿਊਟਰ ਵਾਲੀ ਨੌਲੇਜ, ਇਹ ਸਾਰੀਆਂ ਚੀਜ਼ਾਂ ਦੱਸ ਸਕਦੇ ਆ। ਐਕਟੀਵਿਤਾ ਸੋਚਾਲੀ ਪੋਲੀਟਿਕ, ਯਾਨੀ ਕਿ ਜੇ ਤੁਸੀਂ ਕੋਈ ਸੋਸ਼ਲ ਐਕਟੀਵਿਟੀ ਕਰਦੇ ਆ ਜਾਂ ਪੋਲੀਟਿਕਸ ਦੇ ਵਿੱਚ ਆ, ਤੁਸੀਂ ਉਹਦੇ ਬਾਰੇ ਵੀ ਲਿਖ ਸਕਦੇ ਆ। ਕੰਪੀਟੈਂਸੀ ਕਮਿਊਨੀਕੇਟਿਵੇ ਏ ਇੰਟਰਪਰਸੋਨਾਲੀ, ਯਾਨੀ ਕਿ ਤੁਸੀਂ ਆਪਣੇ ਬਾਰੇ ਇੱਥੇ ਦੱਸ ਸਕਦੇ ਕਿ ਤੁਹਾਨੂੰ ਕਮਿਊਨੀਕੇਸ਼ਨ ਵਿੱਚ ਤੁਸੀਂ ਕਿੱਦਾਂ ਆ, ਯਾਨੀ ਕਿ ਇਹਦੇ ਵਿੱਚ ਤੁਸੀਂ ਉਹ ਕੁਆਲਿਟੀ ਦੱਸ ਸਕਦੇ ਆ ਜਿਹੜੀ ਕਮਿਊਨੀਕੇਸ਼ਨ ਲਈ ਵਧੀਆ ਆ। ਕੰਪੀਟੈਂਸੀ ਰਜਿਸਟਿਓਨੇ ਏ ਡਿਰੈਕਟਿਵੇ, ਯਾਨੀ ਕਿ ਜਿੱਦਾਂ ਤੁਸੀਂ ਇੱਥੇ ਲਿਖ ਸਕਦੇ ਕਿ ਤੁਹਾਡੇ ਜਿਹੜੇ ਕੰਪੀਟੈਂਸੀ, ਯਾਨੀ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਆਉਂਦੀਆਂ ਆ, ਗੁਣੇ ਆ, ਜਿਸਟਿਓਨੇ ਏ ਡਿਰੈਕਟਿਵੇ ਹੁੰਦੇ ਆ ਕਿ ਮਤਲਬ ਕਿ ਆਪਣੀ ਚੀਜ਼ ਔਰਗਨਾਈਜ਼ ਕਰਨ ਨੂੰ ਅਤੇ ਦੱਸਣ ਨੂੰ ਕੀ ਕਰਨਾ ਹੈ, ਕਿੱਦਾਂ ਕੰਮ ਕਰਨਾ, ਉਹ ਕਿੱਦਾਂ ਦੇ ਆ। ਕੰਪੀਟੈਂਸੀ ਔਰਗਨਾਈਜ਼ੇਟਿਵੇ ਔਰਗਨਾਈਜ਼ ਕਰਨ ਨੂੰ ਆ। ਕੰਫਰੈਂਸੀ ਸੈਮੀਨਾਰ, ਯਾਨੀ ਕਿ ਜੇ ਤੁਸੀਂ ਕੋਈ ਸੈਮੀਨਾਰ ਕੀਤਾ ਆ ਜਾਂ ਕਿਸੇ ਕਾਨਫਰੰਸ ਵਿੱਚ ਹਿੱਸਾ ਲਿਆ ਹੈ ਤਾਂ ਤੁਸੀਂ ਦੱਸ ਸਕਦੇ ਆ। ਹੋਬੀ ਇੰਟਰੈਸਟ ਤੁਸੀਂ ਦੱਸ ਸਕਦੇ ਜੇ ਕੋਈ ਤੁਹਾਡੀ ਹੋਬੀ ਆ। ਇਹ ਚੀਜ਼ਾਂ ਤੁਸੀਂ ਉਸ ਹਿਸਾਬ ਨਾਲ ਲਿਖਣੀਆਂ ਆ ਜਿਹੜੀਆਂ ਤੁਹਾਡੇ ਜਿਹੜੇ ਕੰਮ ਦੇ ਨਾਲ ਰਿਲੇਟਡ ਹੋਵੇ ਅਤੇ ਤੁਹਾਡਾ ਜਿਹੜਾ ਪਰਸਨੈਲਿਟੀ ਉਹ ਕੰਮ ਦੇ ਰਿਲੇਟਡ ਉਹ ਦੱਸੇ।
लवोरी क्रिएटिव, यानी कि जे तुसी कुछ क्रिएटिव करदे आ। इत्थे रिकोनोशी मेहनती ते ओनोरिफिशेंसी दे विच तुसी दस सकदे जे तुहानू कदी किसे चीज दे लई कोई वधिया पुरस्कार मिले तुसी दस सकदे आ। पर तीन ते दी गुइदा जरूरी आ, इह जे तुहाडे कोल हैगा लाइसेंस ते तुसी जरूर दसो, क्योंकि ज़्यादातर जिहड़ा कम है वह लाइसेंस दे नाल ही मिल जाता है। प्रोजेक्ट पुब्लीकेशनी रेफरेंसे, ये सारिया चीज़ें तुसी दस सकदे आ। तुहाडे कोई प्रोजेक्ट तुसी कुछ पब्लिश किया आ या इदा दी चीज़ें कीतियां आ तो तुसी दस सकदे आ। रेती एसोसिएशन दी अपरटेनेंस, यानी कि जे तुसी किसी एसोसिएशन दा हिस्सा तुसी लिख सकदे आ। वोलंटेरियातो हुंदा है, तुसी कुछ ऐसा किया जिहड़ा कि वोलंटेरियातो सी, यानी कि खुद जाके बिना पेमेंट तो आप किया आ, जिदा कि कोई समाज सेवा हो सकती है। तो आलत्रो, यानी कि जो तुसी कुछ होर दसना चाहते हैं। कुरिकुलम दे विच सब तो पहला जो तुसी इंस्ट्रक्शन फॉर्मेशन यानी कि एडुकेशन ते एक्सपीरियंस लैबोरेटिवा, ये चीज़ें लिखो तो बैटर रहेगा। सब तो पहला असं इंस्ट्रक्शन फॉर्मेशन लिखांगे, अजून दी सेक्शन है, इहदे विच तुसी देख सकते हैं अपनी टाइटल ऑफ क्वालिफिकेशन, यानी कि तुसी कितना पढ़े हैं, कितों तुसी स्कूलिंग की है, कितों तुसी एडुकेशन लिया, वो भी लिख सकते हैं। इतने एड्रैस लिख सकते कि वह कितने सेगा ये स्कूल, जो तुसी इतने कोई कोर्स किया तो लिख सकते हैं। जो इंडिया अपनी दसना चाहते क्वालिफिकेशन हाईएस्ट तो वह भी दस सकते हैं। इतने सिटी तो कंट्री के बारे तुसी डिटेल्स भरोंगे। जो तुसी चाहते इतने वैबसाइट भी पा सकते हैं जिथे तुसी पढ़े हैं, जो वो यूनिवर्सिटी कॉलेज की हैगी है। उस तो बाद इतने आ फ्रॉम टू, यानी कि जो तुसी बाय चांस असी लाओ कि तुसी यूनिवर्सिटी की आ, तुसी दसोंगे कि तुसी कदों शुरू की है, कि साल दे विच, कि महीने दे विच, ते जे दिन का पता है, तो कदों कदों तक की, यानी कि किन्ने साल की होगी, 3 साल की है तो फिर 3 साल बाद मुक्की होगी, तो या फिर तुसी कर सकते हो ऑन गोइंग, यानी कि तुसी हजे भी पढ़ते पे हैं तो थोड़ी हजे भी चलती पई है, तो पढ़ के तुसी सालवा करना सेव। असी इत्थे जिद्दां कि इत्थे लिखा टाइटल ऑफ क्वालिफिकेशन, असी इत्थे फॉर एग्जाम्पल लिख सकते हैं लाउरिया ट्रिएनाले, यानी कि जो तुसी बीए की है, जे एमए भी की है फिर मैजिस्ट्राले लिख सकते हैं। तो उस तो अलावा जो तुसी स्कोला सुपेरियोरे, यानी कि 12वीं तक पढ़े हैं, प्लस टू तक की है, फिर तुसी स्कोला सुपेरियोरे लिख सकते हैं। पर इत्थे लिखना जरूरी है, बाकी भावें चीज़ें तुसी ना लिखो पर इत्थे लिखना जरूरी है। कला लावरे इतने लिख दें, क्योंकि इस टाइम से साढ़े लिए सिर्फ ये जरूरी है कि देखिए कि इतने लिखना की है। इतने असं लिखेंगे कि जगह कि ऑर्गनाइजेशन सेगा, स्कूल का नाम लिख सकते हैं, असं इतने एड्रैस भर सकते तुम कितने से, इतने कंट्री सिलेक्ट करके तुम सिटी तो पोस्ट कोड जो होंगे शहर का वह लिख सकते हैं। जे चाहते हैं ये अलग इंफॉर्मेशन जो वैबसाइट वगैरह दे सकते हैं, पर एक चीज़ जी जरूरी है वह तुम डेट जरूर लिखो कि कदों तो कदों तक तुम ये जी स्कूलिंग है ये की है। इतने असं उदा कोई भी डेट पा दें, अज की पा दें, तो इतने तुम लिख सकते हो ऑन गोइंग या जो थोड़ा स्कूलिंग पूरी हुई है, पूरा डिग्री मिली है थोनों, या डिप्लोमा तुम वो लिख सकते हैं, असी ऑन गोइंग कर देवे। जो तुम कुछ होर ऐड करना चाहते हैं उल्टेरियोर इनफॉर्मेशन, यानी कि होर कुछ ऐड करना चाहते हैं तो तुम कर सकते हैं, फाइनल ग्रेड या जो भी तुम पढ़े आ उस दे मुताबक, नहीं तो तुम जो नहीं करना चाहते तो तुम सिर्फ इनू बिना सिलेक्ट किए सालवा करना है। इस तो बाद असी करांगे अजूंजी नुआवा सेक्शन, इत्थे असी करांगे वर्क एक्सपीरियंस। इस लिख सकते तुसी की करते हैं, की कम करते हैं इस टाइम ते, तुसी कुछ भी लिख सकते हैं, जो भी थोड़ा हुण कम है उस दे मुताबक, इत्थे असी कुछ भी नहीं लिखांगे हजे। इत्थे तुसी लिख सकते हैं कि तुसी केड़ी दित्ते नाल केड़ी फार्म नाल कम करते हैं, तुसी सिटी यानी कि केड़े शहर से कंट्री लिख सकते हैं, तो जो तुसी ये काम कर चुके हैं यानी कि थोड़ा ये काम मुक गया, फिर तुसी डेट पा सकते हैं कदों तो शुरुआत हुई,
ਕਿਦੋਂ ਤੋਂ ਲੈ ਕੇ ਕੀਤਾ ਤੁਸੀਂ? ਜੇ ਤੁਸੀਂ ਅਜੇ ਕਰਦੇ ਪਏ ਆ ਫਿਰ ਕਰ ਦਿਓ ਔਨਗੋਇੰਗ। ਇੱਥੇ ਤੁਸੀਂ ਲਿਖ ਸਕਦੇ ਹੋ ਕਿ ਤੁਸੀਂ ਇਸ ਕੰਮ ਦੇ ਵਿੱਚ ਕੀ ਕਰਦੇ ਆ, ਜਿੱਦਾਂ ਕਿ ਤੁਹਾਡੀ ਇਹਦੇ ਵਿੱਚ ਕੀ ਰਿਸਪੋਂਸੀਬਿਲਟੀ ਆ, ਤੁਸੀਂ ਕੀ ਕਰਦੇ ਆ, ਇਹਦੇ ਨਾਲ ਤੁਹਾਡੀਆਂ ਕਿਹੜੀਆਂ ਸਕਿੱਲ ਆ ਜਿਹੜੇ ਤੁਹਾਨੂੰ ਆਉਂਦੀਆਂ ਆ, ਇਹ ਚੀਜ਼ਾਂ ਤੁਸੀਂ ਐਡ ਕਰ ਸਕਦੇ ਆ। ਜੇ ਤੁਸੀਂ ਹੋਰ ਕੁਝ ਵੀ ਲਿਖਣਾ ਚਾਹੁੰਦੇ ਆ ਤੁਸੀਂ ਕਰ ਸਕਦੇ ਆ ਉਲਟੇਰੀਓਰ ਇਨਫੋਰਮਾਸਿਓਨੀ, ਅਤੇ ਇਸ ਦੇ ਵਿੱਚ ਤੁਸੀਂ ਦੱਸ ਸਕਦੇ ਆ ਬਿਜ਼ਨਸ ਕਿਹੜਾ, ਤੁਹਾਡਾ ਸੈਕਟਰ ਕਿਹੜਾ ਆ, ਇੱਥੇ ਕਿੰਨੇ ਐਗਰੀਕਲਚਰ ਦਾ ਆ, ਟਰਾਂਸਪੋਰਟੇਸ਼ਨ ਦਾ ਆ, ਕਿੰਨੇ ਹੀ ਆ, ਤੁਸੀਂ ਸਿਲੈਕਟ ਕਰ ਸਕਦੇ ਆ। ਡਿਪਾਰਟਮੈਂਟ ਲਿਖ ਸਕਦੇ ਆ ਆਪਣਾ, ਐਡਰੈਸ ਲਿਖ ਸਕਦੇ ਜਗ੍ਹਾ ਦਾ, ਅਤੇ ਉਹੀ ਕੰਟਰੀ, ਪੋਸਟ ਕੋਡ ਅਤੇ ਸਿਟੀ ਲਿਖ ਸਕਦੇ ਆ। ਜੇ ਤੁਸੀਂ ਆਪਣੀ ਜਿਹੜੀ ਔਰਗਨਾਈਜੇਸ਼ਨ ਹੈ, ਦਿੱਤਾ ਹੈ ਫਰਮ ਹੈ, ਉਹਦਾ ਈਮੇਲ ਜਾਂ ਵੈਬਸਾਈਟ ਦੇਣਾ ਚਾਹੁੰਦੇ ਆ ਜਾਂ ਕੋਈ ਵੀਡੀਓ ਦਿਖਾਉਣਾ ਚਾਹੁੰਦੇ ਆ, ਤੁਸੀਂ ਐਡ ਕਰ ਸਕਦੇ ਆ। ਜੇ ਤੁਸੀਂ ਇਹ ਇਨਫੋਰਮੇਸ਼ਨ ਨਹੀਂ ਐਡ ਕਰਨੀਆਂ ਫਿਰ ਉਲਟੇਰੀਓਰ ਇਨਫੋਰਮਾਸਿਓਨੀ ਤੇ ਨਾ ਕਲਿੱਕ ਕਰੋ ਅਤੇ ਸਿੱਧਾ ਸਾਲਵਾ। ਇੱਥੇ ਹੁਣ ਦੋ ਜਿਹੜੇ ਆ ਚੀਜ਼ਾਂ ਉਹ ਐਡ ਹੋ ਗਈਆਂ ਹਨ। ਹੁਣ ਜੇ ਤੁਸੀਂ ਹੋਰ ਕੁਛ ਐਡ ਕਰਨਾ ਚਾਹੁੰਦੇ ਆ, ਇਸ ਕੇਸ ਵਿੱਚ ਤੁਹਾਨੂੰ ਕਰਨੀ ਚਾਹੀਦੀ ਹੈ ਲੈਂਗੁਏਜ ਸਕਿੱਲ, ਕਿਉਂਕਿ ਇੰਪੋਰਟੈਂਟ ਆ, ਅਜੂਨ ਜੀ ਸਿੱਸਿਓਨੇ ਹਮੇਸ਼ਾ ਕਰਾਂਗੇ। ਇੱਥੇ ਲਿਖ ਸਕਦੇ ਤੁਹਾਡੀ ਮਦਰ ਟੰਗ ਕਿਹੜੀ ਆ, ਅਤੇ ਇੱਥੇ ਜਿੱਦਾਂ ਕਿ ਅਸੀਂ ਲਿਖ ਸਕਦੇ ਹਾਂ ਪੰਜਾਬੀ ਆਉਂਦੀ ਆ। ਫਿਰ ਤੁਸੀਂ ਹੋਰ ਜਿਹੜੀਆਂ ਤੁਹਾਨੂੰ ਲੈਂਗੁਏਜ ਆਉਂਦੀਆਂ ਆ, ਇਹਦੇ ਵਿੱਚ ਤੁਸੀਂ ਹਿੰਦੀ ਵੀ ਲਿਖ ਸਕਦੇ ਆ, ਅਤੇ ਇੱਥੇ ਦੱਸ ਸਕਦੇ ਕਿ ਤੁਸੀਂ ਕਿੱਦਾਂ ਆ, ਤੁਸੀਂ ਕਿੱਦਾਂ ਆ ਸੁਣਨ 'ਚ ਅਤੇ ਪੜ੍ਹਨ ਦੇ ਵਿੱਚ। ਇੱਥੇ ਦੱਸ ਸਕਦੇ ਕਿ ਤੁਹਾਡਾ ਕਿੰਨਾ ਕੁ ਲੀਵਲ ਆ, ਜਿਹੜਾ ਲੀਵਲ ਏ ਹੁੰਦਾ, A1 A2 ਹੁੰਦਾ ਵਾ ਬੇਸਿਕ ਯਾਨੀ ਕਿ ਨੋਰਮਲ ਚੀਜ਼ਾਂ, B1 B2 ਹੁੰਦਾ ਆ ਕਿ ਮੀਡੀਅਮ ਆ, ਜਿਹੜੇ ਸੀ ਹੁੰਦੇ ਆ C1 C2 ਯਾਨੀ ਕਿ ਤੁਹਾਨੂੰ ਐਨ ਪਰਫੈਕਟਲੀ ਆਉਂਦੇ ਆ। ਇਹ ਤੁਸੀਂ ਚੀਜ਼ਾਂ ਸਿਲੈਕਟ ਕਰ ਸਕਦੇ ਹੋ। ਜੇ ਤੁਹਾਡੇ ਕੋਲ ਕੋਈ ਸਰਟੀਫਿਕੇਟ ਹੈਗਾ ਲੈਂਗੁਏਜ ਦਾ, ਤੁਸੀਂ ਉਹਦੇ ਮੁਤਾਬਕ ਵੀ ਜਿਹੜਾ ਆ ਉਹ ਸਿਲੈਕਟ ਕਰ ਸਕਦੇ ਹੋ। ਇੱਥੇ ਰਾਈਟਿੰਗ ਵੀ ਹੈ, ਤੁਹਾਨੂੰ ਲਿਖਣੀ ਕਿੱਦਾਂ ਦੀ ਆਉਂਦੀ ਆ। ਇਸ ਤੋਂ ਬਾਅਦ ਤੁਸੀਂ ਹੋਰ ਜਿਹੜੀਆਂ ਲੈਂਗੁਏਜ ਉਹ ਐਡ ਕਰ ਸਕਦੇ ਆ, ਜਿੱਦਾਂ ਕਿ ਇੰਗਲਿਸ਼। ਇੱਥੇ ਵੀ ਤੁਸੀਂ ਬਸ ਇਹ ਸੇਮ ਚੀਜ਼ ਸਿਲੈਕਟ ਕਰੋਗੇ, ਤੁਹਾਨੂੰ ਕਿੰਨੇ ਕਿਸ ਲੇਵਲ ਦੀ ਆਉਂਦੀ ਆ ਇੱਥੇ ਸਿਲੈਕਟ ਸਾਰੀਆਂ ਕਰਕੇ। ਜੇ ਤੁਹਾਨੂੰ ਹੋਰ ਆਉਂਦੀ ਹੈ ਤੁਸੀਂ ਇਟਾਲੀਅਨ ਜ਼ਰੂਰ ਲਿਖੋ, ਇਟਾਲੀਅਨ ਬਾਕੀਆਂ ਤੋਂ ਵੀ ਪਹਿਲੋ ਜੇ ਹੋ ਸਕਦਾ ਤਾਂ ਲਿਖ ਲਓ ਇਟਾਲੀਅਨ, ਅਤੇ ਇਹਦੇ ਵਿੱਚ ਤੁਸੀਂ ਲਿਖੋਗੇ ਕਿ ਤੁਹਾਡਾ ਜਿਹੜਾ ਲੀਵਲ ਆ ਉਹ ਕਿੰਨਾ ਸਾਰੀਆਂ ਚੀਜ਼ਾਂ ਦੇ ਵਿੱਚ। ਜੇ ਤੁਹਾਨੂੰ ਕੋਈ ਹੋਰ ਲੈਂਗੁਏਜ ਆਉਂਦੀ ਹੈ ਤੁਸੀਂ ਐਡ ਕਰ ਸਕਦੇ ਹੋ। ਉਸ ਤੋਂ ਬਾਅਦ ਅਸੀਂ ਕਰਾਂਗੇ ਸਾਲਵਾ ਯਾਨੀ ਕਿ ਸੇਵ। ਹੁਣ ਤੁਸੀਂ ਹੋਰ ਚੀਜ਼ਾਂ ਵੀ ਐਡ ਕਰ ਸਕਦੇ ਹਾਂ, ਜਿੱਦਾਂ ਕਿ ਇੱਥੇ ਹੋਰ ਜਿਹੜੇ ਤੁਹਾਡੇ ਰਿਲੇਟਡ ਜੋ ਵੀ ਗੁਣ ਆ ਜਾਂ ਕੋਈ ਸਕਿੱਲ ਆ ਤੁਸੀਂ ਐਡ ਕਰ ਸਕਦੇ ਹਾਂ। ਜੇ ਤੁਹਾਡੇ ਕੋਲ ਕੋਈ ਡਿਜੀਟਲ ਸਕਿੱਲਸ ਆ, ਕੋਈ ਕੋਰਸ ਕੀਤਾ ਤੁਸੀਂ ਕੰਪਿਊਟਰ ਦਾ, ਤੁਸੀਂ ਦੱਸ ਸਕਦੇ ਹਾਂ। ਤੁਸੀਂ ਆਪਣੇ ਬਾਰੇ ਵੀ ਦੱਸ ਸਕਦੇ ਹਾਂ ਕਿ ਤੁਸੀਂ ਕਮਿਊਨੀਕੇਸ਼ਨ ਦੇ ਵਿੱਚ ਕਿੱਦਾਂ ਆ, ਜਾਂ ਫਿਰ ਮੈਨੇਜਮੈਂਟ ਜਿਹੜੀ ਹੁੰਦੀ ਆ, ਮੈਨੇਜਮੈਂਟ ਐਂਡ ਲੀਡਰਸ਼ਿਪ ਸਕਿੱਲਸ ਜਿਹੜੇ ਆ ਇਹ ਵੀ ਦੱਸ ਸਕਦੇ ਹਾਂ। ਅਤੇ ਉਸ ਤੋਂ ਇਲਾਵਾ ਜਿਹੜਾ ਡਰਾਈਵਿੰਗ ਲਾਇਸੈਂਸ ਆ ਇਹ ਜ਼ਰੂਰ ਪਾਓ ਅਰਜੁਨ ਜੀ ਸਿੱਸਿਓਨੇ। ਅਤੇ ਇਹਦੇ ਵਿੱਚ ਤੁਸੀਂ ਲਿਖ ਸਕਦੇ ਹੋ ਕਿ ਤੁਸੀਂ ਕਿਹੜਾ ਲਾਇਸੈਂਸ ਕੀਤਾ, ਤੁਹਾਡੇ ਕੋਲ ਕਿਹੜਾ ਲਾਇਸੈਂਸ ਹੈ ਇਸ ਟਾਈਮ 'ਤੇ, ਅਤੇ ਉਹ ਸਿਲੈਕਟ ਕਰਕੇ ਜੇ ਜ਼ਿਆਦਾ ਆ ਤਾਂ ਤੁਸੀਂ ਜ਼ਿਆਦਾ ਵੀ ਸਿਲੈਕਟ ਕਰ ਸਕਦੇ ਆ। ਡੇਟ ਵੀ ਲਿਖ ਸਕਦੇ ਕਦੋਂ ਕੀਤਾ, ਅਤੇ ਉਸ ਤੋਂ ਬਾਅਦ ਸਾਲਵਾ ਕਰ ਸਕਦੇ ਆ। ਉਸ ਤੋਂ ਬਾਅਦ ਤੁਸੀਂ ਹੋਰ ਕੁਛ ਜੇ ਐਡ ਕਰਨਾ ਚਾਹੁੰਦੇ ਤਾਂ ਤੁਸੀਂ ਕਰ ਸਕਦੇ ਆ, ਜੋ ਵੀ ਤੁਹਾਡਾ ਲੱਗਦਾ ਤੁਹਾਨੂੰ ਕਿ ਇਹ ਮੇਰੇ ਵਰਕ ਦੇ ਨਾਲ ਰਿਲੇਟਡ ਆ ਤੁਸੀਂ ਐਡ ਕਰ ਸਕਦੇ ਆ। ਜੇ ਹੋਰ ਕੁਛ ਨਹੀਂ ਹੈਗਾ ਐਡ ਕਰਨ ਨੂੰ ਫਿਰ ਅਸੀਂ ਕਰਾਂਗੇ ਆਵਾਂਤੀ। ਅਤੇ ਇੱਥੇ ਅਸੀਂ ਸਿਲੈਕਟ ਕਰ ਸਕਦੇ ਹਾਂ ਕਿ ਸਾਨੂੰ ਕਿੱਦਾਂ ਦਾ ਕਰਿਕੂਲਮ ਚਾਹੀਦਾ ਹੈ, ਅਤੇ ਉਹ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਕਿ ਤੁਹਾਨੂੰ ਇੱਦਾਂ ਦਾ ਸੋਹਣਾ ਲੱਗਦਾ ਹੈ, ਜਾਂ ਜਿਹੜੀਆਂ ਤੁਹਾਡੇ ਪਰਸਨਲ ਡਾਟਾ ਇੱਕ ਸਾਈਡ 'ਤੇ ਹੋਣ, ਜਾਂ ਸਾਰਾ ਕੁਛ ਇੱਦਾਂ ਹੋਵੇ ਜਿੱਦਾਂ ਤੁਹਾਡਾ ਦਿਲ ਕਰਦਾ ਤੁਸੀਂ ਸਿਲੈਕਟ ਕਰ ਸਕਦੇ ਹਾਂ, ਅਤੇ ਉਸ ਦੇ ਮੁਤਾਬਕ ਜਿਹੜਾ ਆ ਤੁਹਾਨੂੰ ਇੱਥੇ ਕਰਿਕੂਲਮ ਬਣਾਇਆ ਮਿਲ ਜੂਗਾ। ਮੈਂ ਆਹ ਵਾਲਾ ਸਿਲੈਕਟ ਕੀਤਾ ਜਿਹੜਾ ਬੋਟਮ 'ਤੇ ਆ। ਜੇ ਤੁਸੀਂ ਕਲਰ ਚੇਂਜ ਕਰਨਾ ਚਾਹੁੰਦੇ ਤਾਂ ਕਰ ਸਕਦੇ ਆ, ਨਹੀਂ ਤਾਂ ਬਲੂ ਵੀ ਠੀਕ ਆ। ਇਹਦੇ ਉੱਤੇ ਤੁਸੀਂ ਲਿਖ ਸਕਦੇ ਹੋ ਕਿ ਜਿਹੜਾ ਟੈਸਟ ਹੋ ਯਾਨੀ ਕਿ ਜੋ ਲਿਖਿਆ ਉਹ ਕਿੰਨਾ ਵੱਡਾ ਚਾਹੀਦਾ ਤੁਹਾਨੂੰ, ਛੋਟਾ ਵੱਡਾ ਮੀਡੀਅਮ, ਮੀਡੀਅਮ ਠੀਕ ਆ। ਜੇ ਜਿਹੜਾ ਐਰੋਪਾਸ ਦਾ ਲੋਗੋ ਆ ਆਹ ਵਾਲਾ, ਤੁਸੀਂ ਕਿੱਥੇ ਐਡ ਕਰਨਾ ਚਾਹੁੰਦੇ ਆ, ਨਹੀਂ ਕਰਨਾ ਚਾਹੁੰਦੇ ਹਰ ਪੇਜ 'ਤੇ ਜਾਂ ਇਕੱਲਾ ਪਹਿਲੇ ਪੇਜ 'ਤੇ, ਅਤੇ ਜੇ ਤੁਸੀਂ ਨੰਬਰ ਜਿਹੜਾ ਪੇਜ ਦਾ ਨੰਬਰ ਹੁੰਦਾ ਉਹ ਐਡ ਕਰਨਾ ਚਾਹੁੰਦੇ ਤਾਂ ਕਰ ਸਕਦੇ ਆ।
उस तो बाद जे तुसी कुछ होर लिखना चाहते हैं, डेट पाना चाहते हैं, जगह पाना चाहते, तुसी कित्थे बनाते, तुसी कर सकते हैं। उस तो बाद तुसी करोगे अवंती, जे तुसी फिर्मा यानी कि अपने साइन भी बिच पाना चाहते हैं, लोड करना चाहते तो तुसी लोड कर सकते हो। उस तो बाद असी करांगे अवंती, तो अवंती तो इत्थे आप एक नाम देवांगे अपने सीवी नू ताकि सेव हो जाए, तो तुसी लिख सकते हैं करिकुलम ते अपना नाम लिख लो। तो इतने सानू PDF च मिल जूगा, तो इतने तुसी देख सकते कि तुसी किद्दां सेव करूंगे। इतने लिखा स्कारिका यानी कि डाउनलोड, इतने क्लिक करूंगे साडा जिहड़ा करिकुलम है वह डाउनलोड हो गया है। इतने आप देख सकते हैं जो करिकुलम है वह इदा का बन गया। ये करिकुलम मैं सिर्फ थोड़ा दिखाने लिए बनाया है, जो तुम अपन सारिया इनफोरमेसन पढ़ोंगे यह काफ़ी ज़्यादा भरिया होना है, तो हो सकता है सिर्फ एक पेज का नहीं दो पेज का भी हो, एक तो दो पेज काफ़ी होंगे, दो पेज काफ़ी होंगे एक करिकुलम के लिए। तो इतने बस तुम देख सकते कि जो चीज़ा वो लिखिया होती हैं। उस तो बाद हम असं ये देखा कि जोड़ा तुम ये करिकुलम आ यह सुबितों से किदा पा सकते हैं, तो थानू जी जॉब या ऑफर है वो किदा आ सकती हैं। सुबितों के उपर थानू काम लभन, सब तो पहले तुम ए वाली साइट पर जाओगे subito.it/vendere/, यह डिस्क्रिप्शन तो कमेंटा भी मिल जूगी। तो इतने नीचे जाके असं देखना है कि तुम कि जोड़ा ऑफर है वह दे रहे हैं। इतने करूँगे लवोरो ए सर्विसी, तो इतने तुम देखना है ओफेरता दी लवोरो सर्विसी कांदिता थी इनशिरका दी लवोरो। यह होंगे कि तुम अपना दे रहे हैं कि मैं कम लभ रहा हाँ, तो इतने तुम पाओगे कांदिता थी इनशिरका दी लवोरो। ये वाला सिलेक्ट करके तुम इतने या तो फिर रजिस्टर कर सकते हैं, या जो अच्छे दी को गूगल आ डायरैक्टली गूगल राही इतने अच्छे जरे कर सकते हैं। इतने हम असं अच्छे तरह कर लिया है, तो इतने देखा असं कि तुम की जोड़ा इतने पा सकते हैं। ठीक है, इतने तुम देख सकते इतने पहले ही लिखा कांधी तो थी इनशिरका दी लवोरो, इतने असं कुछ नहीं चेंज करा, फोटो तो इतने पाउन की जरूरत नहीं भी आते। दस सकते कि तुम की काम जोड़ा प्रिफर करते हैं यानी कि थानू किदा का कम चाहिए, इतने लिख सकते हैं। फिर ये तुम लिख सकते हैं कुछ डिस्क्रिप्शन कि तुम कम कि लभ रहे हैं, तो तुम कि कम चाहते हो, थोड़ी की स्किल्स है जोड़े इतने भी तुम लिख सकते हैं। इतने तुम सिलेक्ट कर सकते हो कि तुम कि सैक्टर के कम करना चाहते हैं, इतने तुम जो मर्जी सिलेक्ट कर सकते हो। इतने तुम जो सितोरी चूज कर सकते हैं जिदा कि जो जिहड़ा तुहानू ठीक लगता अपने मुताबक, तुसी उस दे मुताबक जिहड़ा वो चूज कर सकते हैं। आप इत्थे क्विस्टी लोजिस्टिका ट्रांसपोर्टी कर दिंदे आ, तुसी इत्थे देख सकते तुसी तुहानू जिहड़ा कॉन्ट्रैक्टो आ वो किद्दां दा चाहीदा आ, इनडिटरमिनाटो कॉन्ट्रैक्टो आ प्रोजैक्टो स्टेज दे तौर ते टेंपो डिटरमिनाटो, जिदा तुहानू ठीक लगता है उदा तुसी कर सकते हो। असं टेंपो इनडिटरमिनाटो तो तैयार देवे, इतने दस सारे कि पढ़े हाँ। स्कूला दे ओब्लिगो होंगे 16 साल तक इतने जी स्टडी होंगी है, जी ओब्लिगो की होंगी जरूरी होंगी है वह डिप्लोमा की मतुरिता यानी कि जो सुपेरियर पूरी की आ, 12वीं का जोड़ा होंगे लाउरिया यानी कि जो तुम BA MA की आ, मास्टर यानी कि तुम PhD की हुई है, तुम ये जो या मास्टर्स किए हुए तुम दस सकते हैं। इतने जो भी थोड़ा ठीक लगता वह इतने भर के, तो उस तो बाद तुसी दस सकते कि तुसी किदों डिस्पोनीबल आ यानी कि तुसी फुल टाइम जिहड़ा काम कर सकते पार्ट टाइम कर सकते तुरनी तो कर सकते जिदा थोड़ा ठीक लगता है। उस तो बाद तुसी इतने अपने कमूने का नाम भर सकते यानी कि तुसी कित्थे काम लभ रहे हैं, तो इतने तुसी अपना फोन नंबर जिहड़ा आ वह दे सकते हैं। फिर असी कंटिन्यू करांगे, इतने
लिखना पैना कुछ ना कुछ। असी जिदे इत्थे एग्जाम्पल लिखे आदित्य कुंताबी ने यही लिख लेने। तो इत्थे तुसी अपने जिहड़ा एक्सपीरियंस आ वर्क का वह भी लिख सकते, तो तुसी किद्दां दा कम लभ रहे हैं ये भी लिख सकते हो। तुसी कह सकते हो ओ लाबोरातो कोमे, यानी कि तुसी कम कर चुके हैं किद्दां दा, इत्थे लिख सकते हो जो भी तुसी लिखना चाहते हो, जो भी तुसी कम किया है। तो उस तो बाद तुसी लिख सकते हो स्टो चर्कांदो लवोरो डिवर्सो, लिख सकते हो अलग काम चाहिए जो तुसी कर रहे हो उत्तो, या फिर तुसी लिख सकते हो तुसी किद्दां दा काम बिल्कुल लभदे पे हो वह भी लिख सकते हो। उस तो बाद इत्थे तुसी कोई भी कमूने लिख दो जिथे भी तुसी रह रहे हो, तो अपना जो फोन नंबर इत्थे लिख सकते हो। ਤੁਸੀਂ ਆਪਣਾ ਜਿਹੜਾ ਡਿਟੇਲਸ ਉਹ ਭਰਤੀ, ਫਿਰ ਤੁਸੀਂ ਕਰੋਗੇ ਕੰਟੀਨਿਊ। ਇੱਥੇ ਤੁਹਾਡੇ ਬਾਰੇ ਜਿਹੜਾ ਸਾਰਾ ਕੁਝ ਲਿਖਿਆ ਆਊਗਾ, ਤੇ ਤੁਸੀਂ ਕਰ ਸਕਦੇ ਹੋ ਇਨਸੇਰੀਸ਼ਨ ਨੂੰਚੋ। ਇੱਥੇ ਬਸ ਅਸੀਂ ਪ੍ਰੋਸੈਗ ਵੀ ਕਰਨਾ, ਸਿਰਫ ਕੁਝ ਵੀ ਸਿਲੈਕਟ ਕਰਨ ਦੀ ਜ਼ਰੂਰਤ ਨਹੀਂਗੀ। ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਾਡਾ ਇਨਸੇਰੀਮੈਂਟੋ ਨੂਨਚੋ ਦਾ, ਯਾਨੀ ਕਿ ਜਿਹੜਾ ਅਸੀਂ ਪਬਲਿਸ਼ ਕੀਤਾ ਉਹ ਹੋ ਗਿਆ ਆ। ਬਸ ਅਗਲੇ ਜਿਹੜੇ ਸਟੈਪ ਆ ਉੱਥੇ ਜਿਹੜਾ ਰਿਵੀਜ਼ਨ ਹੋਊਗਾ ਨੂਨਚੋ ਦਾ, ਲਿਖੇ ਵਿੱਚ ਕੁਛ ਉਲਟਾ ਸਿੱਧਾ ਨਾ ਹੋਵੇ। ਇੱਕ ਈਮੇਲ ਆਊਗੀ ਕੰਫਰਮੇਸ਼ਨ ਦੀ ਕਿ ਤੁਹਾਡਾ ਜਿਹੜਾ ਨੂਨਚੋ ਆ ਉਹ ਪਬਲਿਸ਼ ਹੋ ਗਿਆ, ਅਤੇ ਤੁਸੀਂ ਆਪਣਾ ਜਿਹੜਾ ਆ ਰਿਹਾ ਰਿਸਰਵਾ ਤੋਂ ਉੱਥੇ ਆਪਣਾ ਨੂਨਚੋ ਦੇਖ ਸਕਦੇ ਹਾਂ। ਅਤੇ ਇੱਕ ਦੂਸਰਾ ਤਰੀਕਾ ਆ ਇਹਦੇ ਉੱਤੇ ਜਿਹੜਾ ਸੂਬੀਤੋ ਦੇ ਉੱਪਰ ਕੰਮ ਲੱਭਣ ਦਾ, ਜਿਹੜਾ ਕਿ ਇਹਦੇ ਨਾਲੋਂ ਜ਼ਿਆਦਾ ਫਾਸਟ ਆ ਅਤੇ ਆਸਾਨ ਆ, ਉਹ ਅਸੀਂ ਹੁਣ ਦੇਖਾਂਗੇ। ਹੁਣ ਅਸੀਂ ਦੇਖਾਂਗੇ ਕਿ ਸੂਬੀਤੋ ਦੇ ਉੱਪਰ ਤੁਸੀਂ ਹੋਰ ਕਿੱਦਾਂ ਕੰਮ ਲੱਭ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਜਾਓਗੇ ਸੂਬੀਤੋ ਪੁੰਟੋ ਇਤ ਸਬਾਰਾ ਨੂੰਚੀ ਤ੍ਰੱਤੀ ਨੂੰ ਇਤਾਲੀਆ ਸਬਾਰਾ ਵੇਂਦਿਤਾ ਸਬਾਰੋ ਫੈਰਚੇ ਸਬਾਰਾ ਲਵੋਰੋ ਤ੍ਰੱਤੀ ਨੂੰ ਲਵੋਰੋ ਸਬਾਰਾ। ਇਹ ਜਿਹੜਾ ਸਾਈਟ ਹੈ ਤੁਹਾਨੂੰ ਡਿਸਕ੍ਰਿਪਸ਼ਨ ਬੋਕਸ ਅਤੇ ਕਮੈਂਟਸ ਵਿੱਚ ਵੀ ਮਿਲ ਜੂਗਾ। ਇੱਥੇ ਜਾ ਕੇ ਤੁਸੀਂ ਇੱਥੇ ਦੇਖ ਸਕਦੇ ਕਿ ਅਸੀਂ ਕੈਟੇਗੋਰੀਆ ਕੀਤਾ ਉਫੈਰਤਾ ਦੀ ਲਵੋਰੋ ਦੋਵੇਂ ਇੱਥੇ ਲਿਖਿਆ ਟੂਤੇ ਤਾਂ, ਯਾਨੀ ਕਿ ਸਾਰੇ ਇਟਲੀ ਦੇ ਵਿੱਚ ਤੁਸੀਂ ਇੱਥੇ ਆਪਣੇ ਸ਼ਹਿਰ ਦਾ ਨਾਮ ਲਿਖ ਸਕਦੇ ਹੋ। ਉਹ ਤੋਂ ਬਾਅਦ ਤੁਸੀਂ ਦੇਖ ਸਕਦੇ ਥੱਲੇ ਕਿੰਨੇ ਨੂੰਚੇ ਆ ਰਹੇ ਆ, ਅਤੇ ਤੁਸੀਂ ਇਹਦੇ ਵਿੱਚ ਜਿਹੜਾ ਆਪਣੇ ਮਨਪਸੰਦ ਦਾ ਜਿਹੜਾ ਤੁਹਾਨੂੰ ਪਸੰਦ ਹੋਵੇ ਕੰਮ ਉਹ ਦੇਖਣੇ ਆ। ਇਹ ਨਹੀਂ ਕਿ ਇੱਕ ਹੀ ਦੇਖਣਾ, ਕਿੰਨੇ ਦੇਖੋ ਜੇ ਤੁਸੀਂ ਚਾਹੁੰਦੇ, ਇੱਥੇ ਫਿਲਟਰ ਲਾ ਕੇ ਵੀ ਲੱਭ ਸਕਦੇ ਆ ਸਟੋਰੇ 'ਤੇ ਕਿ ਤੁਹਾਨੂੰ ਕਿੱਦਾਂ ਦੇ ਸੈਕਟਰ ਵਿੱਚ ਤੁਸੀਂ ਕੰਮ ਕਰਨਾ ਚਾਹੁੰਦੇ ਆ, ਜਾਂ ਫਿਰ ਕੰਤਰਾਤੋ ਦੇਖ ਕੇ ਕਿ ਤੁਹਾਨੂੰ ਕਿੱਦਾਂ ਦਾ ਕੰਤਰਾਤੋ ਚਾਹੀਦਾ, ਇੰਡਿਟਰਮੀਨਾਟੋ ਡਿਟਰਮੀਨਾਟੋ, ਅਤੇ ਇੱਥੇ ਫੁੱਲ ਟਾਈਮ ਕੰਮ ਚਾਹੀਦਾ ਆ, ਪਾਰਟ ਟਾਈਮ ਜਾਂ ਕਿੱਦਾਂ ਵੀ ਚਾਹੀਦਾ ਆ। ਅਤੇ ਉਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਆ ਕਿ ਕਿੰਨੇ ਕੰਮ ਆ, ਅਤੇ ਕੋਈ ਵੀ ਇੱਕ ਜਿਹੜਾ ਕੰਮ ਆ ਉੱਥੇ ਚੂਜ਼ ਕਰਕੇ ਅਸੀਂ ਪਹਿਲੇ ਤਾਂ ਕਰ ਲਵਾਂਗੇ। ਇੱਥੇ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲਿਖਿਆ ਡਿਸਕ੍ਰਿਪਸ਼ਨ ਕਿ ਥੀਟੋਰੋ ਦੀ ਸਟੂਡੀਓ ਕੀ ਚਾਹੀਦਾ ਆ, ਯਾਨੀ ਕਿ ਇੱਥੇ ਲਿਖਿਆ ਸਕੋਲਾ ਦੇ ਲੋਬਲੀ ਕੋਈ, ਯਾਨੀ ਕਿ ਜਿਹੜਾ 16 ਸਾਲ ਦੀ ਉਮਰ ਤੱਕ ਕਰੀਦਾ ਸੀ ਵੀ ਉਨਾ ਹੀ ਸਕੂਲਿੰਗ ਚਾਹੀਦੀ ਆ, ਕੁਛ ਜ਼ਿਆਦਾ ਨਹੀਂ। ਫੁੱਲ ਟਾਈਮ ਕੰਮ ਆ, ਲਿਵੈਲੋ ਜਾਂ ਕੁਛ ਵੀ ਨਹੀਂ ਲਿਖਿਆ, ਅਤੇ ਸਟੋਰੇ ਜਿਹੜਾ ਉਹ ਪੇਰਾਈਓ ਦਾ ਆ। ਅਤੇ ਇੱਥੇ ਤੁਸੀਂ ਡਿਸਕ੍ਰਿਪਸ਼ਨ ਦੇਖ ਸਕਦੇ ਆ ਸੁਚੇਤਾ ਫਾਰਮ ਕਿਹੜਾ ਆ, ਅਤੇ ਮੁੜ ਕੇ ਤੁਸੀਂ ਕਰ ਸਕਦੇ ਹੋ ਕੰਤਾਕਤਾ ਈਮੇਲ ਵਾਲਾ ਜਿਹੜਾ ਆ, ਇੱਥੇ ਕਲਿੱਕ ਕਰੂੰਗੇ।
ਇਹਦੇ ਤੁਸੀਂ ਦੇਖ ਸਕਦੇ ਇੱਥੇ ਆਟੋਮੈਟਿਕਲੀ ਇੱਕ ਮੈਸੇਜ ਲਿਖਿਆ ਹੁੰਦਾ ਹੈ ਤੇ ਇੱਥੇ ਜਿਹੜਾ ਕਾਰੀ ਕਾ ਫਾਈਲ ਕੁਰਰੀਕੁਲਮ ਦੇ ਥੱਲੇ ਲਿਖਿਆ ਹੈ ਇਸੇ ਕਾਰੀ ਕਾ ਫਾਈਲ ਤੇ ਕਲਿੱਕ ਕਰਕੇ ਤੁਸੀਂ ਜਿਹੜੀ ਤੁਹਾਡੀ ਜਿਹੜੀ ਤੁਸੀਂ ਡਾਊਨਲੋਡ ਕੀਤਾ ਕੁਰਰੀਕੁਲਮ ਜਿਹੜਾ ਤੁਹਾਡਾ ਕੁਰਰੀਕੁਲਮ ਆ ਉਹ ਐਡ ਕਰੋਗੇ ਇੱਥੇ ਇਹ ਚੀਜ਼ ਕਰਨੀ ਬਹੁਤ ਜ਼ਰੂਰੀ ਆ ਅਤੇ ਜ਼ਰੂਰੀ ਇਹ ਵੀ ਹੈ ਕਿ ਜਿਹੜਾ ਕੁਰਰੀਕੁਲਮ ਆ ਉਹ ਵਧੀਆ ਬਣਿਆ ਹੋਵੇ ਅਤੇ ਉਹ ਤੋਂ ਬਾਅਦ ਤੁਸੀਂ ਕਰੋਗੇ ਇੰਵੀਆ ਅਤੇ ਆਟੋਮੈਟਿਕਲੀ ਜਿਹੜਾ ਤੁਹਾਡਾ ਰਿਕੁਐਸਟ ਆ ਉਹ ਇੱਥੇ ਪਹੁੰਚ ਜੂਗਾ ਜਿਹੜੀ ਜ਼ਰੂਰੀ ਚੀਜ਼ ਇਹ ਆ ਕਿ ਤੁਸੀਂ ਸੁਬੀਤੋ ਦੇ ਉੱਪਰ ਤੁਹਾਨੂੰ ਜਿੰਨੇ ਵੀ ਲੱਭਦੇ ਆ ਅਨੂੰਚੀ ਜਿਹੜੇ ਤੁਹਾਨੂੰ ਲੱਗਦਾ ਕਿ ਮੇਰੇ ਮਤਲਬ ਦੇ ਆ ਤੁਸੀਂ ਉਹ ਸਾਰਿਆਂ 'ਤੇ ਆਪਣਾ ਕੁਰਰੀਕੁਲਮ ਭੇਜ ਸਕਦੇ ਆ ਮੁੜ ਕੇ ਜਦੋਂ ਇਹ ਕੰਟੈਕਟ ਕਰੋਗੇ ਤੁਹਾਨੂੰ ਵਾਪਸ ਤੁਸੀਂ ਫਿਰ ਬਾਅਦ 'ਚ ਦੇਖ ਸਕਦੇ ਆ ਕਿ ਤੁਹਾਨੂੰ ਜ਼ਿਆਦਾ ਪਸੰਦ ਕਿਹੜਾ ਕੰਮ ਆ ਅਤੇ ਉਸ ਦੇ ਮੁਤਾਬਕ ਜਿਹੜਾ ਤੁਹਾਨੂੰ ਜਿਹੜਾ ਕੰਮ ਆ ਇੱਥੇ ਸੁਬੀਤੋ 'ਤੇ ਮਿਲਣਾ ਕਾਫੀ ਆਸਾਨ ਆ ਬਾਅਦ 'ਚ ਜਿਹੜਾ ਕੁਰਰੀਕੁਲਮ ਆ ਉਹ ਜਿੱਥੇ ਵੀ ਤੁਸੀਂ ਕੰਮ ਕਰਦੇ ਜਿੱਥੇ ਵੀ ਤੁਸੀਂ ਰਹਿੰਦੇ ਆ ਜਿਹੜੇ ਸ਼ਹਿਰ 'ਚ ਵੀ ਜਿਹੜਾ ਸ਼ਹਿਰ ਵੀ ਤੁਹਾਨੂੰ ਸਹੀ ਲੱਗਦਾ ਉੱਥੇ ਦੀਆਂ ਜਿਹੜੀਆਂ ਏਜੰਸੀਆਂ ਹੁੰਦੀਆਂ ਤੁਸੀਂ ਉੱਥੇ ਵੀ ਛੱਡ ਸਕਦੇ ਹੋ ਇੱਧਰ ਉੱਧਰ ਅਤੇ ਦੇਖ ਸਕਦੇ ਆ ਕਿ ਜੇ ਕੋਈ ਉੱਥੋਂ ਵੀ ਤੁਹਾਨੂੰ ਕੰਟੈਕਟ ਕਰ ਲਵੇ ਅਤੇ ਕੁਰਰੀਕੁਲਮ ਜਿਹੜਾ ਆ ਉਹ ਬਹੁਤ ਜ਼ਰੂਰੀ ਆ ਅੱਜ ਕੱਲ੍ਹ ਅਤੇ ਉਹਦੇ ਵਿੱਚ ਕਾਫੀ ਇਨਫੋਰਮੇਸ਼ਨ ਜਿਹੜੇ ਅਸੀਂ ਦੇਖੀਆਂ ਆ ਦੇਣੀਆਂ ਜ਼ਰੂਰੀ ਆ ਇੰਪੋਰਟੈਂਟ ਆ ਜਿਹੜੀਆਂ ਕੀ ਆ ਕੰਮ ਦੇ ਨਾਲ ਰਿਲੇਟਡ ਯਾਨੀ ਕਿ ਕੁਛ ਜ਼ਿਆਦਾ ਨਹੀਂ ਲਿਖਣਾ ਕੁਛ ਫਾਲਤੂ ਨਹੀਂ ਲਿਖਣਾ ਕੁਛ ਘੱਟ ਨਹੀਂ ਲਿਖਣਾ ਜੋ ਤੁਹਾਡੀ ਜਿਹੜੀ ਕੁਆਲਿਟੀਜ਼ ਆ ਸਕਿੱਲਸ ਆ ਕੰਮ ਨੂੰ ਲੈ ਕੇ ਉਹ ਸਾਰੇ ਤੁਸੀਂ ਵਿੱਚ ਲਿਖੋਗੇ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਹੀ ਐਂਡ ਕਰਾਂਗੇ ਉਮੀਦ ਕਰਦੇ ਹਾਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਹੋਊਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ